ਜਦੋਂ ਮੈਂ ਦੇਖਣ ਗਈ ਤੇ ਮੈਨੂੰ ਵੀ ਆਇਆ ਚੱਲ ਵਿਆਹ ਵੀ ਵਧੀਆ ਕਰਨਗੇ, ਦਾਜ ਵੀ ਚੰਗਾ ਦੇਣਗੇ। ਮੰਮੀ ਕਢਵਾ ਤੇ ਮੈਂ ਹੁਣ ਵੀ ਲਾਂਗਾ, ਬਸ ਥੋੜੀ ਚੂੜੀ ਟਾਈਟ ਕਰਨੀ ਪੈਣੀ। ਜਾ ਕੇ ਆਪਣੀ ਮਾਂ ਨੂੰ ਕਹਿ ਜੇ ਆਪਣੀ ਧੀ ਦਾ ਘਰ ਵਸਾਣਾ ਹੀ ਤੇ 3-4 ਲੱਖ ਦਾ ਪ੍ਰਬੰਧ ਕਰ ਲੈ। ਪੁੱਤ ਟਿੰਮੀ ਨਹੀਂ ਆਇਆ ਤੇਰੇ ਨਾਲ? ਨਹੀਂ ਮੰਮੀ, ਮੈਂ ਇਕੱਲੀ ਆਈ ਹਾਂ ਬੱਸ 'ਤੇ। ਸੋਨੀ, ਤੂੰ ਇੰਨੀ ਉਦਾਸ ਕਿਉਂ ਹੈ? ਤੇ ਨਿਸ਼ਾਨ ਕਿਉਂ ਪਏ ਨੇ ਉਹਨੇ? ਮੰਮੀ, ਟਿੰਮੀ ਨੇ ਮਾਰ ਕੁੱਟ ਕੀਤੀ ਹੈ ਮੇਰੇ ਨਾਲ। ਤੂੰ ਬੈਠ ਇੱਥੇ, ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਈ। ਨਹੀਂ ਮੰਮੀ, ਬਹਿ ਜਾਓ, ਮੈਂ ਨਹੀਂ ਪਾਣੀ ਪੀਣਾ। ਦੂਜੀਆਂ ਭੈਣਾਂ ਕਿੱਥੇ ਨੇ? ਉਹ ਤਾਂ ਜੋਬ ਲੱਭਣ ਗਈਆਂ ਨੇ, ਤੈਨੂੰ ਪਤਾ ਹੀ ਹੈ ਆਪਣੇ ਘਰ ਦੇ ਹਾਲਾਤਾਂ ਦਾ, ਕਿੰਨਾ ਔਖਾ ਗੁਜ਼ਾਰਾ ਕਰਦੇ ਹਾਂ ਅਸੀਂ। ਮੰਮੀ, ਮੈਨੂੰ ਪਤਾ ਆਪਣੇ ਘਰ ਦਾ, ਤੁਹਾਡੀ ਟੈਨਸ਼ਨ ਤਾਂ ਮੈਨੂੰ ਉੱਥੇ ਵੀ ਖਾਈ ਜਾਂਦੀ ਹੈ। ਤੂੰ ਸਾਡੀ ਟੈਨਸ਼ਨ ਛੱਡ, ਤੂੰ ਮੈਨੂੰ ਇਹ ਦੱਸ ਵੀ ਟਿੰਮੀ ਨੇ ਤੈਨੂੰ ਇੰਨਾ ਕਿਉਂ ਮਾਰਿਆ? ਤੂੰ ਕੋਈ ਗਲਤੀ ਤਾਂ ਨਹੀਂ ਕੀਤੀ? ਬਿਨਾਂ ਗੱਲ ਤੋਂ ਨਹੀਂ, ਕਿਸੇ ਗੱਲ ਸਿਰੋਂ ਪੈ ਰਹੀਆਂ ਨੇ। ਉਹ ਲੋਕ ਦਾਜ, ਕਾਰ, ਕੈਸ਼, ਗੋਲਡ ਲੈ ਕੇ ਆਉਂਦੇ ਨੇ, ਤੂੰ ਕੀ ਲੈ ਕੇ ਆਈ ਹੈ? ਖਾਲੀ ਹੱਥ ਭੜਕਾਉਂਦੀ ਆ ਗਈ ਹੈ। ਕੋਈ ਗਲਤੀ ਨਹੀਂ ਕੀਤੀ ਮੈਂ। ਮੰਮੀ, ਤੁਹਾਨੂੰ ਲੱਗਦਾ ਕਿ ਮੈਂ ਕੋਈ ਗਲਤੀ ਕਰ ਸਕਦੀ ਹਾਂ? ਪਤਾ ਮੈਨੂੰ ਧੀਏ, ਜਿੰਨੇ ਪਹਿਲੇ ਇਹਨੇ ਦੁੱਖ ਵੇਖੇ ਹੋਣ ਉਹ ਕੀ ਗਲਤੀਆਂ ਕਰ ਸਕਦਾ? ਬਸ ਮੰਮੀ, ਟਿੰਮੀ ਨੇ ਬਿਨਾਂ ਗੱਲ ਤੋਂ ਮਾਰਿਆ ਮੈਨੂੰ। ਮੈਂ ਸਮਝ ਗਈ ਹਾਂ ਧੀਏ, ਤੇਰਾ ਕੋਈ ਕਸੂਰ ਨਹੀਂ ਹੈਗਾ, ਪਰ ਤੂੰ ਮੇਰੇ ਵੱਲ ਦੇਖ ਅਤੇ ਆਪਣੇ ਘਰ ਵੱਲ ਦੇਖ। ਮੰਮੀ, ਤੁਸੀਂ ਮੇਰੇ ਜ਼ਖਮਾਂ ਵੱਲ ਦੇਖੋ, ਜੀ ਨਹੀਂ ਦੇਣਾ ਉਹਨਾਂ ਨੇ ਮੈਨੂੰ, ਜਾਨਵਰਾਂ ਵਾਂਗ ਮਾਰਿਆ ਮੈਨੂੰ। ਫਿਰ ਕੀ ਹੋਇਆ ਤੈਨੂੰ ਮਾਰਿਆ? ਤੇ ਤੇਰਾ ਪਤੀ ਉਹ ਪਹਿਲਾਂ ਸਾਰੇ ਇੰਝ ਮਾਰਦੇ ਕੁੱਟਦੇ ਹੁੰਦੇ ਨੇ, ਧੀਏ ਆਪੇ ਐਡਜਸਟ ਕਰਨਾ ਪੈਂਦਾ, ਬਸ ਸਾਰਾ ਕੁਛ ਠੀਕ ਹੋ ਜਾਂਦਾ। ਤੇਰੇ ਡੈਡੀ ਵੀ ਤਾਂ ਮੈਨੂੰ ਇੰਨਾ ਮਾਰਦੇ ਸੀ, ਮੈਂ ਘਰ ਛੱਡ ਕੇ ਚਲੀ ਗਈ ਸੀ। ਮੰਮੀ, ਪਤਾ ਮੈਨੂੰ ਮਾਰਦੇ ਸੀ ਡੈਡੀ, ਪਰ ਇੰਨਾ ਨਹੀਂ ਸੀ ਮਾਰਦੇ। ਮੈਂ ਤੇਰੇ ਨਾਲ ਬਹਿਸ ਨਹੀਂ ਕਰਨੀ ਧੀਏ, ਜਾਣਾ ਤੈਨੂੰ ਉੱਥੇ ਹੀ ਪੈਣਾ, ਉਸ ਘਰ 'ਚ ਤੇਰਾ ਪੈਰ ਬਾਹਰ ਨਹੀਂ ਆਉਣਾ ਚਾਹੀਦਾ, ਉੱਥੋਂ ਤੇਰੀ ਅਰਥੀ ਹੀ ਉੱਠੇ। ਠੀਕ ਹੈ ਮੰਮੀ, ਮੈਨੂੰ ਕੋਈ ਵੀ ਦੁੱਖ ਤਕਲੀਫ ਹੋਏਗੀ ਨਾ, ਮੈਂ ਤੁਹਾਨੂੰ ਦੁਖੀ ਨਹੀਂ ਕਰਾਂਗੀ ਦੱਸ ਕੇ। ਹਾਂ, ਹੁਣ ਮੈਂ ਤੇਰੇ ਲਈ ਚਾਹ ਵੀ ਨਹੀਂ ਬਣਾਉਣੀ, ਕਿਉਂ? ਤੂੰ ਲੜ ਕੇ ਆਈ ਹੈ, ਖੁਸ਼ੀ ਨਾਲ ਆ ਅਤੇ ਲੱਖ ਵਾਰ ਆ, ਪਰ ਲੜ ਕੇ ਇੱਕ ਵਾਰ ਵੀ ਨਹੀਂ। ਠੀਕ ਹੈ ਮੰਮੀ ਜੀ, ਮੈਂ ਲੜ ਕੇ ਇਸ ਘਰ 'ਚ ਕਦੀ ਵੀ ਨਹੀਂ ਆਵਾਂਗੀ। ਜੇ ਤੂੰ ਦੁਬਾਰਾ ਲੜ ਕੇ ਆਏਗੀ ਨਾ ਤਾਂ ਮੈਂ ਮਰ ਜਾਵਾਂਗੀ, ਕਿਉਂਕਿ ਮਸਾਂ ਮੈਂ ਤੇਰਾ ਵਿਆਹ ਇੱਕ ਵਾਰੀ ਕੀਤਾ ਲੋਕਾਂ ਕੋਲੋਂ ਕਰਜ਼ਾ ਲੈ ਕੇ। ਜੇ ਤੂੰ ਤਲਾਕ ਲਾ ਕੇ ਬੈਠ ਗਈ ਤਾਂ ਲੋਕਾਂ ਨੇ ਤਾਂ ਮੈਨੂੰ ਜੀਣ ਨਹੀਂ ਦੇਣਾ, ਮੈਨੂੰ ਮਿਹਣੇ ਮਾਰ 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 ਦੇਣਾ। ਨਹੀਂ ਆਉਂਦੀ ਮੰਮੀ, ਤੁਸੀਂ ਚਿੰਤਾ ਨਾ ਕਰੋ। ਜੇ ਕਦੇ ਤੇਰਾ ਜੀ ਕੀਤਾ ਨਾ ਕਦਮ ਪੁੱਟਣ ਨੂੰ ਤਾਂ ਆਪਣੀ ਭੈਣਾਂ ਵੱਲ ਵੇਖ ਲਈ। ਠੀਕ ਹੈ ਮਾਂ। ਚੱਲ ਮੇਰੀ ਧੀ, ਉੱਠ, ਸਿਆਣੀ ਬਣ ਅਤੇ ਆਪਣੇ ਘਰ ਜਾ। ਹੁਣ ਤੁਸੀਂ ਚਾਹੁੰਦੇ ਕੀ ਹੋ? ਚਾਹੁੰਦੇ ਪਤਾ ਸੀ ਕੀ ਆ? ਜਾ ਕੇ ਆਪਣੀ ਮਾਂ ਨੂੰ ਕਹਿ ਜੇ ਆਪਣੀ ਧੀ ਦਾ ਘਰ ਵਸਾਣਾ ਹੀ ਤੇ 3-4 ਲੱਖ ਦਾ ਪ੍ਰਬੰਧ ਕਰ ਲੈ। ਹਾਏ ਰੱਬਾ, ਮੈਂ ਕੀ ਕਰਾਂ? ਮੈਂ ਆਪਣਾ ਦੁੱਖ ਆਪਣੀ ਮਾਂ ਨੂੰ ਵੀ ਨਾ ਦੱਸ ਸਕੀ।
ना तो मेरे को पैसे ने, मैं किदा जावा जा तो मैं इत मौत दे दे रब्बा ते जा फिर उन्हों का सामना करन की हिम्मत दे दे मैनू। वाहिगुरु हुण तू ही कुछ कर सकदा है। कौन आ गया इस टाइम? आ गई सोनी? आ जा अंदर, ले आई है पैसे। चल लिया दे पैसे, मैं संभाल के रख दा। है नहीं मेरे कोल पैसे, होर जिन्ना मारन हुंदा ना मार लो, पर पैसे नहीं है। तैनू कहा सी ना पैसा लैके आई, जे तैनू पैसा देंगे तो आई, जे नहीं देंगे तो इस घर च ना आई। घर तो मैं आ गई, जांदी हुण मैं किते भी नहीं, और मेरी माँ ने साफ ना करती है कि उहदे कोल पैसे नहीं। तू अपनी माँ नूं दस्या नहीं वी जे मैनू पैसे तुसीं नहीं दोगे तो मैनू नहीं वड़न देणगे? कढ़ना है कढ़ दो, क्योंकि पैसे उन्होंने देने नहीं ना ही मैं लैके आने। जे तैनू पैसे न दिते उन्होंने, अज तो बाद तेरे बुरे दिन शुरू। साडी भी कोई चोरी ठगी की कमाई नहीं जिहड़ी तैनू फ्री च रोटियां खवाई जाइए। रोटी देनी है तो दिओ मम्मी जी, नहीं देनी तो ना दो, पर मैनू घरों ना कढ़ो। देख मैं तो तैनू कुछ कह सकती नहीं, टिम्मी आंदा तेरा फैसला उही करेगा। ਮੈਨੂੰ ਲੱਗਦਾ ਅੱਜ ਫਿਰ ਕੋਈ ਨਸ਼ਾ ਡੱਫ ਕੇ ਆਇਆ ਤੂੰ। ਉਹ ਬੁੜੀਏ ਸਿਰਫ ਸ਼ਰਾਬ ਪੀ ਗਿਆ, ਕੁਛ ਹੋਰ ਨਹੀਂ ਕੀਤਾ। ਸ਼ੁਕਰ ਕਰ, ਚੱਲ ਅੰਦਰ ਬਹਿ ਲੈਂਦੇ, ਦਰਵਾਜ਼ੇ 'ਤੇ ਦਿਮਾਗ ਖਰਾਬ ਕਰਨ ਲੱਗ ਜਾਂਦੀ ਹੈ। ਤੇਰੇ ਇਹਨਾਂ ਨਸ਼ਿਆਂ ਕਰਕੇ ਨਾ ਸਿਰ 'ਤੇ 15 ਲੱਖ ਦਾ ਕਰਜ਼ਾ ਚੜਿਆ। ਉਹ ਕੋਈ ਨਹੀਂ ਮਾਤਾ, ਲੱਥ ਜਾਏਗਾ, 15 ਲੱਖ ਹੀ ਹੈ, ਕੋਈ ਜਹਾਜ਼ 'ਤੇ ਨਹੀਂ, ਟੈਨਸ਼ਨ ਨਾ ਲੈ, ਲੱਥ ਜਾਏਗਾ। ਤੇਰੇ ਕਹਿਣ ਨਾਲ ਨਹੀਂ ਉਤਰਨ ਲੱਗਿਆ ਕਰਜ਼ਾ, ਇੰਨਾ ਪੈਸਾ ਆਏਗਾ ਕਿੱਥੋਂ? ਲੈ ਮਾਂ, ਟੈਨਸ਼ਨ ਕਿਉਂ ਲੈਣੀ ਹੈ, ਆਪੇ ਸੋਨੀ ਲੈ ਕੇ ਆਏਗੀ 15 ਲੱਖ ਰੁਪਈਆ। ਮੈਂ ਕਿਹਾ ਦੇਖੀ ਕਿਤੇ 30 ਲੱਖ ਨਾ ਲੈ ਆਵੇ, ਉਹ ਆ ਗਈ ਆ ਖਾਲੀ ਹੱਥ ਭੜਕਾਉਂਦੀ। ਖਾਲੀ ਹੱਥ ਭੜਕਾਉਂਦੀ ਕਿਵੇਂ ਆ ਗਈ ਉਹ, ਜਦ ਮੈਂ ਉਹਨੂੰ ਕਿਹਾ ਸੀ ਪੈਸੇ ਲੈ ਕੇ ਆਈ, ਫਿਰ ਉਹ ਕਿੱਦਾਂ ਖਾਲੀ ਹੱਥ ਆ ਗਈ ਹੈ? ਮੈਨੂੰ ਕੀ ਪਤਾ ਕਿਵੇਂ ਆ ਗਈ ਹੈ, ਜਾ ਕਮਰੇ 'ਚ ਬੈਠੀ ਹੈ, ਜਾ ਕੇ ਪੁੱਛ ਲਾ ਉਹਦੇ ਕੋਲੋਂ। ਕੋਈ ਨਹੀਂ, ਅੱਜ ਉਹਨੂੰ ਚੰਗੀ ਤਰ੍ਹਾਂ ਹੀ ਪੁੱਛਾਂਗਾ। ਹੁਣ ਨਹੀਂ ਪੱਚਦੀ ਅੱਜ ਉਹ।